ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੱਡੀ ਹਰਪਲ ਤੇ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪੰਜਾਬੀ ਵਿਆਕਰਨ ਦੇ ਇੰਪੋਰਟੈਂਟ ਟਾਪਿਕ ਵਿਸ਼ੇਸ਼ਣ ਦੇ ਬਾਰੇ ਦੇ ਵਿੱਚ ਜਿਹਨੂੰ ਇੰਗਲਿਸ਼ ਦੇ ਵਿੱਚ ਐਡਜੈਕਟਿਵ ਕਿਹਾ ਜਾਂਦਾ ਹੈ ਅਮ ਵਿਸ਼ੇਸ਼ਣ ਸ਼ਬਦ ਕਿਹੜੇ ਹੁੰਦੇ ਨੇ ਜਿਹੜੇ ਨਾਮ ਜਾਂ ਪੜਨਾਮ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸਣ ਠੀਕ ਹੈ ਉਹਨੂੰ ਆਮ ਤੋਂ ਕੀ ਖਾਸ ਬਣਾ ਦੇਣ ਉਹਨੂੰ ਆਪਾਂ ਕੀ ਕਹਿੰਦੇ ਆ ਵਿਸ਼ੇਸ਼ਣ ਠੀਕ ਆ ਵਿਸ਼ੇਸ਼ਣ ਸ਼ਬਦ ਵਿਸ਼ੇਸ਼ਤਾ ਕਿਵੇਂ ਦੱਸ ਸਕਦਾ ਹੈ ਉਹਦੀ ਗਿਣਤੀ ਦੱਸ ਕੇ ਕਰ ਸਕਦਾ ਹੈ ਮਿੰਤੀ ਨਾਲ ਦੱਸ ਸਕਦਾ ਹੈ ਗੁਣ ਦੱਸ ਕੇ ਔਗੁਣ ਦੱਸ ਕੇ ਲੱਛਣ ਦੱਸ ਕੇ ਰੋਗ ਅਵਸਥਾ ਇਹ ਸਾਰੀਆਂ ਚੀਜ਼ਾਂ ਬਾਰੇ ਦੱਸ ਕੇ ਉਸ ਸ਼ਬਦ ਦੀ ਕੀ ਆ ਆਪਾਂ ਨੂੰ ਵਿਸ਼ੇਸ਼ਤਾ ਦੱਸ ਸਕਦਾ ਹੈਗਾ ਠੀਕ ਹੈ ਤੇ ਉਹਨੂੰ ਆਮ ਤੋਂ ਕੀ ਆ ਖਾਸ ਬਣਾ ਦਿੰਦਾ ਹੈਗਾ ਤਾਂ ਆਪਾਂ ਦੇਖਦਾਂਗੇ ਦੇਖਦੇ ਆ ਇਹ ਕਿਵੇਂ ਬਣਾਉਂਦਾ ਹੈਗਾ ਵੀਡੀਓ 'ਚ ਤੁਸੀਂ ਮੇਰੇ ਨਾਲ ਜੁੜੇ ਰਹੋ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੇਖਿਓ ਚੰਗੀ ਤਰ੍ਹਾਂ ਇਹਨੂੰ ਸਮਝਣ ਦੇ ਲਈ ਵਿਸ਼ੇਸ਼ਣ ਨੂੰ ਠੀਕ ਹੈ ਹੁਣ ਦੋਸਤੋ ਆਧਾਰਨ ਵੱਜੋਂ ਜਿਵੇਂ ਆ ਸ਼ਬਦ ਲਿਖੇ ਨੇ ਪੱਗ ਹੈ ਹੁਣ ਪੱਗਾਂ ਦਾ ਬਹੁਤ ਨੇ ਮੈਂ ਕਹਿੰਦਾ ਲਾਲ ਪੱਗ ਤਾਂ ਕਹਿਣ ਦਾ ਮਤਲਬ ਸਾਰੀਆਂ ਪੱਗਾਂ ਦੇ ਵਿੱਚੋਂ ਇਹਨੂੰ ਇੱਕ ਵਿਸ਼ੇਸ਼ਤਾ ਪ੍ਰੋਵਾਈਡ ਕਰਾਤੀ ਇਹਦੀ ਰੰਗ ਦੱਸ ਕੇ ਵੀ ਮੈਨੂੰ ਲਾਲ ਪੱਗ ਚਾਹੀਦੀ ਹੈ ਠੀਕ ਹੈ ਜਿਵੇਂ ਮੇਰੇ ਖਾਨੇ ਦੇ ਵਿੱਚ 24 ਪੱਗਾਂ ਪਈਆਂ ਨੇ ਤੇ ਅੱਡ ਅੱਡ ਰੰਗਾਂ ਦੀਆਂ ਨੇ ਤੇ ਮੈਂ ਕਹਿੰਦਾ ਮੈਨੂੰ ਲਾਲ ਪੱਗ ਚਾਹੀਦੀ ਹੈ ਤਾਂ ਉਸ ਇੱਕ 24ਵਾਂ ਇੱਕ ਪੱਗ ਨੂੰ ਮੈਂ ਵਿਸ਼ੇਸ਼ਤਾ ਪ੍ਰੋਵਾਈਡ ਕਰਾਤੀ ਉਹਦਾ ਰੰਗ ਦੱਸ ਕੇ ਨਵਾਂ ਪੈਨ ਠੀਕ ਹੈ ਤਾਂ ਮੈਂ ਦੱਸਦਾ ਉਹਦਾ ਗੁਣ ਦੱਸਦਾ ਵੀ ਉਹ ਨਵਾਂ ਪੈਨ ਹੈ ਭਾਈ ਚਾਰ ਕਾਪੀਆਂ ਨੇ ਉਹਦੀ ਗਿਣਤੀ ਦੱਸਤੀ ਪੂਲਾ ਬੱਚਾ ਤਾਂ ਉਹਦਾ ਗੁਣ ਦੱਸਦਾ ਮੈਂ ਲੰਮਾ ਗੱਭਰੂ ਠੀਕ ਹੈ ਤਾਂ ਇਹਦਾ ਵੀ ਮੈਂ ਉਹਦਾ ਗੁਣ ਦੱਸਦਾ ਵੀ ਉਹ ਲੰਮਾ ਹੈਗਾ ਉਹਦੀ ਅਵਸਥਾ ਦੱਸਤੀ ਵੀ ਉਹ ਮੁੰਡਾ ਉੱਚਾ ਲੰਮਾ ਜਵਾਨ ਗੱਭਰੂ ਹੈ ਠੀਕ ਹੈ 10ਵਾਂ ਹਿੱਸਾ ਤਾਂ ਇਹਦੇ ਚ ਵੀ ਗਿਣਤੀ ਦੱਸੀ ਗਈ ਹੈ ਚੋਖਾ ਇਹ ਉਹਦੀ ਵਿਸ਼ੇਸ਼ਤਾ ਦੱਸੀ ਹੈ ਵੀ ਦੁੱਧ ਸਿਰਈ ਹੈ ਠੀਕ ਹੈ ਇਹ ਗੱਲ ਹੈ ਤਾਂ ਹੁਣ ਵਿਸ਼ੇਸ਼ਣ ਕਿੰਨੇ ਤਰ੍ਹਾਂ ਦਾ ਹੁੰਦਾ ਦੋਸਤੋ ਪੰਜ ਤਰ੍ਹਾਂ ਦਾ ਹੁੰਦਾ ਇਹ ਧਿਆਨ ਦੇ ਵਿੱਚ ਰੱਖਣਾ ਵਿਸ਼ੇਸ਼ਣ ਕਿੰਨੇ ਤਰ੍ਹਾਂ ਦਾ ਆਪਣੇ ਕੋਲ ਪੰਜ ਤਰ੍ਹਾਂ ਦਾ ਆਪਾਂ ਧਿਆਨ ਨਾਲ ਦੇਖਿਓ ਪੇਪਰ ਦੇ ਵਿੱਚੋਂ ਨਾ ਇਹਦੇ ਚ ਡੀਪਲੀ ਕੁਐਸਚਨ ਪੁੱਛ ਲਿਆ ਜਾਂਦਾ ਵੀਡੀਓ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਡਾ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਗਲਤ ਨਹੀਂ ਹੋਊਗਾ ਠੀਕ ਹੈ ਤਾਂ ਕਿਸਮਾ ਕਿਹੜੇ ਕਿਹੜੀਆਂ ਨੇ ਗੁਣਵਾਚਕ ਵਿਸ਼ੇਸ਼ਣ ਗੁਣ ਤੋਂ ਸਿੱਧੇ ਹੀ ਕਲੀਅਰ ਹੁੰਦਾ ਵੀ ਉਹਦਾ ਗੁਣ ਦੱਸ ਰਿਹਾ ਸੰਖਿਆਕ ਇੱਥੇ ਆਪਾਂ ਨੂੰ ਗਿਣਤੀ ਦੱਸੀ ਜਾਊਗੀ ਪ੍ਰਮਾਣਵਾਚਕ ਇੱਥੇ ਮਿੰਤੀ ਦੱਸੀ ਜਾਊਗੀ ਇਹ ਕੁਆਂਟੀਟੀ ਦੀ ਗੱਲ ਕਰ ਕਵਾਂਟੀਟੀ ਦੀ ਕਵਾਂਟੀਟੀ ਕਿਵੇਂ ਜਿਵੇਂ ਦੁੱਧ ਹੋ ਗਿਆ ਪਾਣੀ ਹੋ ਗਿਆ ਠੀਕ ਹੈ ਦੋਸਤੋ ਇਹ ਜਾਂ ਕਪੜਾ ਹੋ ਗਿਆ ਇਹਨਾਂ ਦੀ ਕੀ ਹੈ ਮਿੰਤੀ ਕੀਤੀ ਜਾਂਦੀ ਹੈਗੀ ਠੀਕ ਹੈ ਨਿਸ਼ਚੇ ਬਚ ਕੇ ਇਹ ਪੜਨਾਮ ਚ ਆਪਾਂ ਪੜ ਹੀ ਚੁੱਕੇ ਆ ਤੁਹਾਨੂੰ ਦੱਸ ਚੁੱਕਿਆ ਜੇ ਨਾਮ ਸ਼ਬਦ ਨਾਲ ਆ ਜੇ ਪੜਨਾਮ ਦੇ ਠੀਕ ਹੈ ਤਾਂ ਉੱਥੇ ਇਹ ਵਿਸ਼ੇਸ਼ਣ ਬਣ ਜਾਂਦਾ ਜੇ ਨਾਮ ਸ਼ਬਦ ਵਾਕ ਦੇ ਵਿੱਚ ਨਾ ਹੋਵੇ ਤਾਂ ਉਹ ਪੜਨਾਮ ਬਣ ਜਾਂਦਾ ਐਵੇਂ ਪੜਨਾਮ ਹੀ ਵਿਸ਼ੇਸ਼ਣ ਠੀਕ ਹੈ ਪੜਨਾਮ ਸ਼ਬਦ ਵੀ ਕਈ ਵਿਸ਼ੇਸ਼ਣ ਦਾ ਕੰਮ ਕਰਦੇ ਨੇ ਉਹ ਆਪਾਂ ਦੇਖਾਂਗੇ ਦੇਖ ਕੇ ਮੈਨੇ ਵੀਡੀਓ ਨੂੰ ਅੱਗੇ ਦੇਖਦੇ ਰਹੋ ਜਿਵੇਂ ਗੁਣਵਾਚਕ ਵਿਸ਼ੇਸ਼ਣ ਇਹਨੂੰ ਕੁਆਲਿਟੇਟਿਵ ਐਡਜੈਕਟਿਵ ਵੀ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਕਿਹੜਾ ਕੁਆਲਿਟੇਟਿਵ ਵੀ ਉਹਦੀ ਕੁਆਲਿਟੀ ਦੱਸਦਾ ਹੈ ਜਿਹੜਾ ਸ਼ਬਦ ਨਾਮ ਜਾਂ ਪ੍ਰਨਾਮ ਸ਼ਬਦਾਂ ਦੇ ਗੁਣ ਔਗਣ ਆਕਾਰ ਅਵਸਥਾ ਇਹ ਦੱਸੇ ਉਸਨੂੰ ਕੀ ਕਿਹਾ ਜਾਂਦਾ ਹੈ ਗੁਣਵਾਚਕ ਵਿਸ਼ੇਸ਼ਣ ਜਿਵੇਂ ਨੇਕ ਬੱਚਾ ਮਾੜੀ ਆਤ ਉੱਚਾ ਦਰਖਤ ਕਾਲਾ ਕੱਪੜਾ ਗੋਰੀ ਗਾਂ ਸ਼ਹਿਰੀ ਲੋਕ ਲੋਕ ਚੰਗੇਰਾ ਰਹਿਣ ਸਹਿਣ ਉਤਮੇ ਸਾਰੇ ਗੁਣ ਨੇ ਠੀਕ ਹੈ ਜਾਂ ਉਹਨਾਂ ਦੀ ਅਵਸਥਾ ਹੈ ਠੀਕ ਹੈ ਜੇ ਉਹਨਾਂ ਦੇ ਆਕਾਰ ਦੀ ਗੱਲ ਕਰੀ ਹੋਈ ਹੈ ਇਹਨਾਂ ਸਾਰੀਆਂ ਐਗਜ਼ਾਮਪਲਾਂ ਦੇ ਵਿੱਚ ਹੁਣ ਅੱਗੇ ਆਪਾਂ ਡਿਟੇਲ ਚ ਦੇਖਦੇ ਇਹਨਾਂ ਨੂੰ ਹੁਣ ਗੁਣਵਾਚਕ ਜਿਹੜਾ ਵਿਸ਼ੇਸ਼ਣ ਹੈ ਇਹ ਵੀ ਜਿਵੇਂ ਪਹਿਲਾਂ ਗੁਣ ਦੋਸ਼ ਦੱਸ ਕੇ ਆਪਾਂ ਕਹਿੰਦਾ ਵੀ ਨੇਕ ਹੈ ਚੰਗਾ ਹੈ ਸੱਚਾ ਹੈ ਝੂਠਾ ਹੈ ਬੁਰਾ ਹੈ ਖੱਟਾ ਹੈ ਮਿੱਠਾ ਹੈ ਠੀਕ ਹੈ ਉਹਦੇ ਗੁਣ ਵੀ ਦੱਸੇ ਔਗੁਣ ਵੀ ਦੱਸੇ ਦੂਜਾ ਆ ਗਿਆ ਆਕਾਰ ਤੇ ਵਿਸਥਾਰ ਆਕਾਰ ਕੀ ਹੈ ਉੱਚਾ ਹੈ ਕੋਈ ਚੀਜ਼ ਬਹੁਤ ਉੱਚੀ ਹੈ ਟਾਵਰ ਬਹੁਤ ਉੱਚਾ ਹੈ ਘਰ ਬਹੁਤ ਉੱਚਾ ਹੈ ਜਗਾ ਬਹੁਤ ਨੀਮੀ ਹੋਗੀ ਠੀਕ ਹੈ ਇਹ ਬਹੁਤ ਮੋਟੀ ਆ ਬੰਦਾ ਬਹੁਤ ਮੋਟਾ ਹੈ ਠੀਕ ਹੈ ਇਹ ਬੰਦਾ ਪਤਲਾ ਹੈ ਇਹ ਲੰਬਾ ਹੈਗਾ ਮੱਧ ਹੈਗਾ ਠੀਕ ਹੈ ਖੁੱਲਾ ਹੈ ਭੀੜਾ ਹੈ ਇਹ ਸਾਰੇ ਕੀ ਨੇ ਆਕਾਰ ਤੇ ਵਿਸਥਾਰ ਦੀ ਗੱਲ ਕਰ ਰਹੇ ਨੇ ਉਦੋਂ ਬਾਅਦ ਦਸ਼ਾ ਦੀ ਅਵਸਥਾ ਵੀ ਕੰਡੀਸ਼ਨ ਕਹੇ ਜੀ ਹੈ ਬੰਦਾ ਹਾਲਤ ਕਹੇ ਜੀ ਉਹਦੀ ਉਹਦੀ ਹਾਲਤ ਨਰਮ ਹੈ ਗਰਮ ਹੈ ਬੰਦਾ ਰੋਗੀ ਹੈ ਨੌਜਵਾਨ ਹੈ ਬੁੱਢਾ ਹੈ ਠੀਕ ਹੈ ਇਹ ਉਹਦੀ ਹਾਲਤ ਦੱਸਦਾ ਹੈਗਾ ਤੇ ਅੱਗੇ ਆਪਣੇ ਕੋਲ ਤਿੰਨ ਡਿਗਰੀਆਂ ਹੁੰਦੀਆਂ ਨੇ ਦੋਸਤੋ ਇਹਦੇ 'ਚ ਜਿਵੇਂ ਇੰਗਲਿਸ਼ ਦੇ ਵਿੱਚ ਪੜ੍ਹਦੇ ਆ ਆਪਾਂ ਪੋਜੀਟਿਵ ਡਿਗਰੀ ਹੁੰਦੀ ਹੈ ਠੀਕ ਹੈ ਜਿਵੇਂ ਆਪਾਂ ਕਹਿੰਦਾ ਉਹ ਲੜਕਾ ਚਲਾਕ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਆਪਣੇ ਕੋਲ ਇੰਗਲਿਸ਼ ਦੇ ਵਿੱਚ ਕੰਪੈਰੀਟਿਵ ਡਿਗਰੀ ਹੁੰਦੀ ਹੈ ਦੋ ਚ ਕੰਪੇਅਰ ਕਰਦੇ ਆ ਠੀਕ ਹੈ ਫਿਰ ਆਪਣੇ ਕੋਲ ਸੁਪਰਲੇਟਿਵ ਡਿਗਰੀ ਹੁੰਦੀ ਹੈ ਸਾਰਿਆਂ ਚ ਕੰਪੇਅਰ ਕਰਦੇ ਆ ਉਵੇਂ ਪੰਜਾਬੀ ਦੇ ਵਿੱਚ ਵੀ ਇਹੀ ਅਵਸਥਾਵਾਂ ਨੇ ਸੰਧਾਰਨ ਅਵਸਥਾ ਜਿਵੇਂ ਕਹਿੰਦਾ ਇਹ ਲੜਕਾ ਚੁਸਤ ਹੈ ਇਹਦਾ ਕਿਸੇ ਨਾਲ ਨੋ ਕੰਪੈਰੀਸ਼ਨ ਠੀਕ ਹੈ ਇਹਦਾ ਕੋਈ ਵੀ ਕੰਪੈਰੀਸ਼ਨ ਨਹੀਂ ਕਰਿਆ ਆਪਨੇ ਸਿੱਧਾ ਕਹਿੰਦਾ ਵੀ ਇਹ ਲੜਕਾ ਚੁਸਤ ਹੈ ਉਹਦੇ ਬਾਰੇ ਦੱਸਦਾ ਇਹ ਪੁਸਤਕ ਵਧੀਆ ਤਾਂ ਪੁਸਤਕ ਬਾਰੇ ਦੱਸਦਾ ਵੀ ਇਹ ਭਈ ਕਿਤਾਬ ਵਧੀਆ ਠੀਕ ਹੈ ਇਹਨੂੰ ਆਪਾਂ ਕਹਾਂਗੇ ਸੁਧਾਰਨ ਬਸਤਾ ਜਾਂ ਪੋਜੀਟਿਵ ਡਿਗਰੀ ਸੇਮ ਸੇਮ ਇੰਗਲਿਸ਼ ਵਾਲਾ ਪ੍ਰੋਸੀਜਰ ਹੀ ਹੈ ਠੀਕ ਹੈ ਅੱਗੇ ਵਧਦੇ ਹਾਂ ਉਸ ਤੋਂ ਬਾਅਦ ਅਧਿਕਤਰ ਅਵਸਥਾ ਇਹਨੂੰ ਆਪਾਂ ਕਹਿੰਦੇ ਹਾਂ ਕੰਪੈਰੀਟਿਵ ਡਿਗਰੀ ਜਦੋਂ ਦੋ ਚ ਕੰਪੇਅਰ ਕਰੀਏ ਜਿਵੇਂ ਹੁਣ ਇਹੇ ਲੜਕਾ ਉਸ ਨਾਲੋਂ ਚੁਸਤਾ ਹੁਣ ਇੱਥੇ ਦੋ ਚ ਕੰਪੇਅਰ ਕਰਤਾ ਠੀਕ ਹੈ ਇਹ ਪੁਸਤਕ ਉਸ ਨਾਲੋਂ ਵਧੀਆ ਵੀ ਜਿਹੜੀ ਦੂਸਰੀ ਕਿਤਾਬ ਆ ਉਹਦੇ ਨਾਲੋਂ ਵਧੀਆ ਠੀਕ ਹੈ ਹੁਣ ਅਧਿਕਤਮ ਅਵਸਥਾ ਇਹਨੂੰ ਆਪਾਂ ਸੁਪਰਲੇਟਿਵ ਡਿਗਰੀ ਕਹਿੰਦੇ ਹਾਂ ਜਿਹਦੇ ਵਿੱਚ ਆਪਾਂ ਕਹਿੰਦੇ ਆ ਵੀ ਇਹ ਭਈ ਸਾਰਿਆਂ ਨਾਲੋਂ ਵਧੀਆ ਠੀਕ ਹੈ ਸਾਰੀਆਂ ਕਿਤਾਬਾਂ ਨਾਲੋਂ ਇਹ ਕਿਤਾਬ ਵਧੀਆ ਹੈ ਇਹ ਲੜਕਾ ਸਾਰਿਆਂ ਨਾਲੋਂ ਚੁਸਤ ਹੈ ਤਾਂ ਇੱਥੇ ਆਪਾਂ ਨੇ ਸਾਰਿਆਂ ਦਾ ਜ਼ਿਕਰ ਕਰਤਾ ਤਾਂ ਇਹ ਕੀ ਬਣ ਗਿਆ ਸੁਪਰਲੇਟਿਵ ਡਿਗਰੀ ਠੀਕ ਹੈ ਦੋਸਤੋ ਅਧਿਕਤਮ ਅਵਸਥਾ ਹੁਣ ਅੱਗੇ ਆ ਗਿਆ ਆਪਣੇ ਕੋਲ ਸੰਖਿਆਕ ਜਾਂ ਗਿਣਤੀਵਾਚਕ ਵਿਸ਼ੇਸ਼ਣ ਜਾਂ ਨੰਮਰਲ ਐਡਜੈਕਟਿਵ ਵੀ ਕਹਿੰਦੇ ਹੁਣ ਇੱਥੇ ਗਿਣਤੀ ਦੀ ਉਹ ਗੱਲ ਹੋਊਗੀ ਜਿਵੇਂ ਮੇਰੇ ਕੋਲ ਪੰਜ ਪੁਸਤਕਾਂ ਨੇ ਤਾਂ ਉਰੇ ਨਾਮ ਸ਼ਬਦ ਜ਼ਰੂਰ ਲੱਗਾ ਹੋਊਗਾ ਨਾਉਨ ਹੋਊਗਾ ਮੇਰੇ ਕੋਲ ਪੰਜ ਪੁਸਤਕਾਂ ਨੇ ਮੋਂ ਹੁਣ ਆਪਣੀ ਜਮਾਤ ਵਿੱਚ ਪੰਜਵੇਂ ਨੰਬਰ ਤੇ ਐ ਤਾਂ ਆਪਾਂ ਕੀ ਕਹਦੀਏ ਪੰਜਵੇਂ ਨੰਬਰ ਤੇ ਐ ਠੀਕ ਹੈ ਤਾਂ ਉਹਦੀ ਗਿਣਤੀ ਦੱਸ ਰਿਹਾ ਆਪਾਂ ਨੂੰ ਇਹਨੂੰ ਧਿਆਨ ਨਾਲ ਸੁਣਨਾ ਹੈ ਸੰਖਿਆਕ ਜਾਂ ਗਿਣਤੀਵਾਚਕ ਦੀਆਂ ਅੱਗੇ 6 ਟਾਈਪਸ ਨੇ ਇਹਨਾਂ ਚੋਂ ਹੀ ਕੁਐਸਚਨ ਪੁੱਛਦੇ ਨੇ ਇਗਜ਼ਾਮੀ ਨਾਲ ਲੜਕੇ ਪਾਸ ਹੋਏ ਪੰਜ ਦੇ ਪੰਜ ਲੜਕੇ ਪਾਸ ਹੋਏ ਤਾਂ ਉਹਰੇ ਨਾਮ ਕੀ ਆ ਆਪਣੇ ਕੋਲ ਲੜਕੇ ਤਾਂ ਪੰਜ ਦੇ ਪੰਜ ਮੈਂ ਅੱਧਾ ਕਿਲੋ ਦੁੱਧ ਪੀਤਾ ਠੀਕ ਹੈ ਨਾ ਦੁੱਧ ਕਿੰਨਾ ਪੀਤਾ ਅੱਧਾ ਕਿਲੋ ਠੀਕ ਹੈ ਬੈਂਚਾਂ ਵਿੱਚ 2-2 ਵਿਦਿਆਰਥੀ ਬੈਠ ਜਾਓ ਉਹ ਇਹਨਾਂ ਦੁੱਧ ਨਾਲ ਲਿਖੋ ਮੈਂ ਅੱਧਾ ਕਿਲੋ ਆਪਾਂ ਕਹਿੰਦੀਏ ਸੇਬ ਖਾਦੇ ਸੇਬ ਖਾਦੇ ਠੀਕ ਹੈ ਆਪਾਂ ਨੇ ਨਾ ਜਾਨੀ ਕਿ ਮੀਣੀਆਂ ਵਾਲੀਆਂ ਵਸਤੂਆਂ ਵਾਸਤੇ ਆਪਾਂ ਜਿਹੜਾ ਹੈਗਾ ਮਿੰਤੀਵਾਜ ਕੇ ਨਾਮ ਉਹ ਵਿਸ਼ੇਸ਼ਣ ਪੜਾਂਗੇ ਆਪਾਂ ਠੀਕ ਹੈ ਤੇ ਇੱਥੇ ਦੁੱਧ ਦੀ ਜਗ੍ਹਾ ਤੇ ਕੋਈ ਸ਼ਬਦ ਹੋਰ ਕਰ ਲਿਓ ਪੰਜਾਂ ਵਿੱਚ ਦੋ ਦੋ ਵਿਦਿਆਰਥੀ ਬੈਠ ਜਾਓ ਠੀਕ ਹੈ ਬਹੁਤੇ ਲੜਕੇ ਠੀਕ ਹੈ ਇਹ ਇੱਥੇ ਗਿਣਤੀ ਕੀ ਹੈ ਕੰਪਲੀਟ ਗਿਣਤੀ ਨਹੀਂ ਦੱਸਦਾ ਅਨਿਸ਼ਚਿਤ ਗਿਣਤੀ ਦੱਸਦਾ ਆਪਣੇ ਕੋਲ ਬਹੁਤੇ ਕੁਝ ਕਈ ਠੀਕ ਹੈ ਐਵੇਂ ਦੇ ਸ਼ਬਦ ਆਉਣਗੇ ਆਪਣੇ ਤਾਂ ਹੁਣ ਆਪਾਂ ਦੇਖਦੇ ਹਾਂ ਸਧਾਰਨ ਸੰਖਿਆਕ ਵਿਸ਼ੇਸ਼ਣ ਜਿਵੇਂ 10 15 20 1 2 3 ਠੀਕ ਹੈ ਸਾਰੀ ਸਿੰਪਲ ਗਿਣਤੀ ਦੀ ਗੱਲ ਕਰੀ ਤਾਂ ਉਹਨੂੰ ਆਪਾਂ ਸਧਾਰਨ ਸੰਖਿਆਕ ਵਿਸ਼ੇਸ਼ਣ ਕਹਾਂਗੇ ਅੱਗੇ ਆ ਗਿਆ ਆਪਣੇ ਕੋਲ ਕਰਮਵਾਚੀ ਜਿਵੇਂ ਆਪਾਂ ਕਹਿੰਦੀਏ ਪਹਿਲੇ ਨੰਬਰ ਤੇ ਆਇਆ ਉਹ ਦੂਜੇ ਤੇ ਆਇਆ ਤੀਜੇ ਤੇ ਆਇਆ ਚੌਥੇ ਤੇ ਆਇਆ ਠੀਕ ਹੈ ਇਹ ਆਪਣੇ ਕਰਮ ਦੇ ਵਿੱਚ ਆ ਰਹੇ ਨੇ ਉਦੋਂ ਬਾਅਦ ਸਮੁੱਚਤਾ ਬੋਧਕ ਸੰਖਿਆਕ ਵਿਸ਼ੇਸ਼ਣ ਜਿਵੇਂ ਆਪਾਂ ਕਹਿੰਦੇ ਦੋਵੇਂ ਚਾਰੇ ਪੰਜੇ ਪੰਜੇ ਮੁੰਡੇ ਪਾਸ ਹੋ ਗਏ ਚਾਰੇ ਮੁੰਡੇ ਪਾਸ ਹੋ ਗਏ ਠੀਕ ਹੈ ਐਵੇਂ ਆਪਾਂ ਚਾਰ ਨਹੀਂ ਕਹਿ ਰਹੇ ਜੇ ਚਾਰ ਕਹਾਂਗੇ ਤਾਂ ਉਹ ਸਧਾਰਨ ਸੰਖਿਆਕ ਬਣ ਜੂ ਉਦੋਂ ਬਾਅਦ ਕਸਰੀ ਵਿਸ਼ੇਸ਼ਣ ਜਿਵੇਂ ਅੱਧਾ ਕਹਦੀ ਆਪਾਂ ਪੌਣਾ ਕਹਦੀ ਏ ਢਾਈ ਕਹਦੀ ਏ ਸਵਾ ਕਹਦੀ ਏ ਤਾਂ ਇਹ ਕੰਪਲੀਟ ਨਹੀਂ ਹੈਗੇ ਇਹਨਾਂ 'ਚ ਕਸਰ ਹੈ ਠੀਕ ਹੈ ਨਾ ਕੰਪਲੀਟ ਹੋਣ ਵਾਸਤੇ ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਕਸਰੀ ਵਿਸ਼ੇਸ਼ਣ ਉਸ ਤੋਂ ਬਾਅਦ ਅੱਗੇ ਵਧਦੇ ਆਂ ਦੋਸਤੋ ਨਖੇੜ ਵਜਕ ਜਿਵੇਂ ਆਪਾਂ ਕਹਿਨਾ 2-2 ਕਰਕੇ ਬੈਠੋ 4-4 ਕਰਕੇ ਆਓ ਠੀਕ ਹੈ ਨਖੇੜੀ ਵਜਕੇ ਸੰਖਿਆਕ ਵਿਸ਼ੇਸ਼ਣ ਹੋਗੇ ਨਿਸ਼ਚਿਤ ਹੋਗੇ ਜਿਵੇਂ ਕਈ ਕੁਝ ਬਹੁਤੇ ਜਿਵੇਂ ਬਹੁਤ ਸਾਰੇ ਬੱਚੇ ਗੈਰਹਾਜ਼ਰ ਹਨ ਬਹੁਤ ਸਾਰੇ ਬੱਚੇ ਗੈਰਹਾਜ਼ਰ ਹਨ ਠੀਕ ਹੈ ਐਵੇਂ ਹੁਣ ਅੱਗੇ ਆ ਗਿਆ ਆਪਣੇ ਕੋਲ ਪ੍ਰਮਾਣਵਾਚਕ ਜਾਂ ਮਿੰਤੀਵਾਚਕ ਵਿਸ਼ੇਸ਼ਣ ਐਡਜੈਕਟਿਵ ਆਫ ਕੁਆਂਟੀਟੀ ਜਦੋਂ ਆਪਾਂ ਕੁਆਂਟੀਟੀ ਦੀ ਗੱਲ ਕਰੀਏ ਆਪਾਂ ਮਿੰਨ ਦੀ ਗੱਲ ਕਰੀਏ ਠੀਕ ਹੈ ਵਿਸ਼ੇਸ਼ਣਾਂ ਦੇ ਮਾਪਣ ਦੀ ਗੱਲ ਕਰੀਏ ਜਾਂ ਮਿੰਨ ਦੀ ਗੱਲ ਕਰੀਏ ਉਹਨੂੰ ਕੀ ਕਿਹਾ ਜਾਂਦਾ ਪ੍ਰਮਾਣਵਾਚਕ ਵਿਸ਼ੇਸ਼ਣ ਠੀਕ ਹੈ ਕੀ ਕਿਹਾ ਜਾਂਦਾ ਪ੍ਰਮਾਣਵਾਚਕ ਵਿਸ਼ੇਸ਼ਣ ਤਾਂ ਆਪਾਂ ਦੇਖਾਂਗੇ ਮੈਨੂੰ ਜਿਵੇਂ ਕਿਲੋ ਪਰ ਬਹੁਤਾ ਥੋੜਾ ਇਹ ਦੇਖੋ ਇਹ ਸ਼ਬਦ ਇਹਨਾਂ ਨਾਲ ਹੀ ਰਲਦੇ ਨੇ ਠੀਕ ਹੈ ਪਰ ਆਪਾਂ ਨੇ ਦੇਖਣਾ ਵੀ ਗੱਲ ਕੀ ਦੇ ਬਾਰੇ ਕਰੀ ਗਈ ਹੈ ਗੱਲ ਮਿਣਤੀ ਬਾਰੇ ਕਰੀ ਗਈ ਹੈ ਜਿਵੇਂ ਮੈਨੂੰ ਕਿਲੋ ਭਰ ਦੁੱਧ ਚਾਹੀਦਾ ਠੀਕ ਹੈ ਹੁਣ ਉਹਰੇ ਦੁੱਧ ਕੀ ਹੈ ਮਿਣਨ ਵਾਲੀ ਚੀਜ਼ ਹੈ ਠੀਕ ਹੈ ਤਾਂ ਮਿਣਨ ਵਾਲੀ ਚੀਜ਼ ਲਈ ਆਪਾਂ ਕੀ ਵਰਤਾਂਗੇ ਪ੍ਰਮਾਣਵਾਚਕ ਵਿਸ਼ੇਸ਼ਣ ਤਾਂ ਕਿਲੋ ਭਰ ਨੂੰ ਕੀ ਕਹਾਂਗੇ ਆਪਾਂ ਪ੍ਰਮਾਣਵਾਚਕ ਵਿਸ਼ੇਸ਼ਣ ਅੱਗੇ ਮੈਨੂੰ ਥੋੜਾ ਜਿਹਾ ਦੁੱਧ ਚਾਹੀਦਾ ਹੁਣ ਇੱਥੇ ਥੋੜੇ ਨੂੰ ਤੁਸੀਂ ਅਨਿਸ਼ਚਿਤ ਸੰਖਿਆਵਾਚਕ ਨਾ ਕਹਦੇ ਹੋ ਕਿਉਂਕਿ ਗੱਲ ਉਹਰੇ ਦੁੱਧ ਦੀ ਹੋ ਰਹੀ ਹੈ ਵਿਸ਼ੇਸ਼ਤਾ ਕੀ ਦੀ ਦੱਸ ਰੇ ਦੁੱਧ ਦੀ ਦੁੱਧ ਕੀ ਹੈ ਮਿਣਿਆ ਜਾ ਸਕਦਾ ਹੈ ਠੀਕ ਹੈ ਮੀਣੀਆ ਜਾ ਸਕਣ ਵਾਸਤੇ ਆਪਾਂ ਕੀ ਵਰਤਾਂਗੇ ਇਹਨੂੰ ਪ੍ਰਮਾਣਵਾਚਕ ਵਿਸ਼ੇਸ਼ਣ ਇਹਨੂੰ ਆਪਾਂ ਕਹਾਂਗੇ ਠੀਕ ਹੈ ਦੋਸਤੋ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਨਿਸ਼ਚਿਤ ਪ੍ਰਮਾਣਵਾਚਕ ਜਿਹੜੀ ਪੂਰੀ ਪੂਰੀ ਮਿੰਤੀ ਦੱਸਣ ਇੱਕ ਹੋਗੇ ਅਨਿਸ਼ਚਿਤ ਪ੍ਰਮਾਣਵਾਚਕ ਜਿਹੜੇ ਵਿਸ਼ੇਸ਼ਣ ਦੀ ਪੂਰੀ ਮਿੰਤੀ ਨਾ ਦੱਸਣ ਜਿਵੇਂ ਨਿਸ਼ਚਿਤ ਦੇ ਵਿੱਚ ਆਪਾਂ ਕਹਿੰਦਾ 2 ਕਿਲੋ ਕਿਠ 2 ਮੀਟਰ 10 ਫੁੱਟ ਠੀਕ ਹੈ ਸਾਰੀਆਂ ਚੀਜ਼ਾਂ ਮੀਣੀਆ ਜਾਂਦੀਆਂ ਨੇ ਤਾਂ ਇੱਥੇ 2 ਕਿਠ 2 ਮੀਟਰ 10 ਫੁੱਟ ਇਹ ਗਿਣਤੀ ਕੰਪਲੀਟ ਗਿਣਤੀ ਦੱਸ ਰਿਹਾ ਹੈ ਠੀਕ ਹੈ ਹੁਣ ਆਪਾਂ ਕਹიდੀਏ ਮੈਨੂੰ ਬਹੁਤਾ ਦੁੱਧ ਚਾਹੀਦਾ ਹੈ ਮੈਨੂੰ ਥੋੜਾ ਦੁੱਧ ਚਾਹੀਦਾ ਹੈ ਮੈਨੂੰ ਘੱਟ ਦੁੱਧ ਚਾਹੀਦਾ ਤਾਂ ਇੱਥੇ ਕੋਈ ਸੇ ਗਿਣਤੀ ਦੀ ਗੱਲ ਨਹੀਂ ਹੋਈ ਤਾਂ ਆਪਾਂ ਇਹਨੂੰ ਕੀ ਕਹਾਂਗੇ ਅਨਿਸ਼ਚਿਤ ਪ੍ਰਮਾਣਵਾਚਕ ਵਜਿਜਾਂ ਠੀਕ ਹੈ ਇਹ ਧਿਆਨ ਚ ਰੱਖਣੀ ਹੈ ਗੱਲ ਪ੍ਰਮਾਣਵਾਚਕ ਨੂੰ ਸੰਖਿਆਕ ਵਾਚਕ ਦੇ ਨਾਲ ਅਲਝਾਉਣਾ ਨਹੀਂ ਪ੍ਰਮਾਣਵਾਚਕ ਵਿਸ਼ੇਸ਼ਣ ਉੱਥੇ ਲੱਗੂ ਜਿੱਥੇ ਆਪਾਂ ਮਿੰਤੀ ਦੀ ਗੱਲ ਕਰਦੇ ਹਾਂ ਦੋਸਤੋ ਕੀ ਦੀ ਗੱਲ ਕਰ ਰਹੇ ਹਾਂ ਮਿੰਤੀ ਦੀ ਠੀਕ ਹੈ ਯਾਦ ਰੱਖਣਾ ਜਿਵੇਂ ਦੁੱਧ ਤੇਲ ਪਾਣੀ ਕੱਪੜਾ ਠੀਕ ਹੈ ਜਦੋਂ ਇਹਨਾਂ ਦੀ ਗੱਲ ਹੋਊਗੀ ਤਾਂ ਉੱਥੇ ਪ੍ਰਮਾਣਵਾਚਕ ਵਿਸ਼ੇਸ਼ਣ ਆਊਗਾ ਠੀਕ ਹੈ ਅੱਗੇ ਆਪਣੇ ਕੋਲ ਆ ਗਿਆ ਨਿਸ਼ਚੇਵਾਚਕ ਵਿਸ਼ੇਸ਼ਣ ਠੀਕ ਹੈ ਨਿਸ਼ਚੇਵਾਚਕ ਆਪਾਂ ਪੜਨਾਮ ਪੜੇ ਸੀਗੇ ਬਸ ਓਵੇਂ ਹੀ ਨੇ ਇਹ ਵੀ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਕੇ ਉਹਨੂੰ ਆਮ ਤੋਂ ਕੀ ਹੈ ਖਾਸ ਬਣਾ ਦਿੰਦੇ ਨੇ ਜਿਵੇਂ ਨਿਕਟਵਰਤੀ ਵੀ ਹੁੰਦੇ ਨੇ ਇਹ ਦੂਰਵਰਤੀ ਵੀ ਹੁੰਦੇ ਨੇ ਠੀਕ ਹੈ ਜਿਵੇਂ ਇਹ ਇਹ ਮੋਹਨ ਦਾ ਘਰ ਹੈ ਹੁਣ ਇੱਥੇ ਗੱਲ ਬਣੀ ਨਾ ਇਹ ਮੋਹਨ ਦਾ ਘਰ ਹੈ ਹੁਣ ਇੱਕ ਘਰ ਨੂੰ ਵਿਸ਼ੇਸ਼ਤਾ ਪ੍ਰੋਵਾਈਡ ਕਰਤੀ ਇਸ ਇਹ ਸ਼ਬਦ ਨੇ ਠੀਕ ਹੈ ਤਾਂ ਇਹ ਕੀ ਬਣ ਗਿਆ ਵਿਸ਼ੇਸ਼ਣ ਜੇ ਉੱਥੇ ਘਰ ਨਾ ਹੁੰਦਾ ਸਿੰਪਲ ਹੁੰਦਾ ਇਹ ਮੋਹਨ ਦਾ ਹੈ ਤਾਂ ਇਹ ਸ਼ਬਦ ਕੀ ਹੋਣਾ ਸੀ ਉੱਥੇ ਇਹ ਪੜਨਾਮ ਹੋਣਾ ਸੀ ਦੋਸਤੋ ਠੀਕ ਹੈ ਇਹ ਸਾਡਾ ਘਰ ਹੈ ਤਾਂ ਹੁਣ ਇਹ ਘਰ ਵਾਸਤੇ ਵਰਤੋਂ ਕੀਤੀ ਗਈ ਹੈ ਤਾਂ ਵਿਸ਼ੇਸ਼ਣ ਹੈ ਇਹ ਇਹ ਕਿਤਾਬ ਤਾਂ ਉਰੇ ਨਾਮ ਲੱਗ ਗਿਆ ਨਾ ਨਾਉਨ ਆ ਗਿਆ ਇਹ ਵੀ ਨਾਉਨ ਆ ਗਿਆ ਤਾਂ ਇਹ ਵਿਸ਼ੇਸ਼ਣ ਨੇ ਦੂਰ ਵਰਤੀ ਜਿਹੜੇ ਦੂਰ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਨ ਉਹ ਮੇਰੇ ਚਾਚੇ ਦਾ ਮੁੰਡਾ ਹੈ ਠੀਕ ਹੈ ਉਹ ਜਿਹੜਾ ਸ਼ਬਦ ਮੁੰਡੇ ਵਾਸਤੇ ਵਰਤੇਗਾ ਚਾਚੇ ਦੇ ਵਾਸਤੇ ਉਹ ਸਾਡਾ ਘਰ ਇਹ ਦੂਰ ਦੀਆਂ ਗੱਲਾਂ ਕਰ ਰਿਹਾ ਠੀਕ ਹੈ ਦੋਸਤੋ ਇਹ ਸੀਗਾ ਆਪਣਾ ਨਿਸ਼ਚੇਵਾਚਕ ਜਿਹੜਾ ਹੈਗਾ ਵਿਸ਼ੇਸ਼ਣ ਉਸ ਤੋਂ ਬਾਅਦ ਆ ਕੇ ਪੜਨਾਮੀ ਵਿਸ਼ੇਸ਼ਣ ਪੜਨਾਮ ਸ਼ਬਦ ਹੀ ਹੋਣਗੇ ਪਰ ਉਹ ਵਿਸ਼ੇਸ਼ਤਾ ਪ੍ਰੋਵਾਈਡ ਕਰਾ ਦੇਣਗੇ ਠੀਕ ਹੈ ਤਾਂ ਇਹ ਦੇਖਦੇ ਆਪਾਂ ਪੜਨਾਮੀ ਵਿਸ਼ੇਸ਼ਣ ਕਿਹੜਾ ਹੁੰਦਾ ਹੈ ਜਿਹੜਾ ਪਰਨਾਮ ਸ਼ਬਦਵਾਕ ਦੇ ਪ੍ਰਸੰਗ ਵਿੱਚ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰੇ ਹੁਣ ਇੱਕ ਗੱਲ ਧਿਆਨ ਚ ਰੱਖੋ ਦੋਸਤੋ ਜਿਹੜੇ ਪਰਨਾਮ ਸ਼ਬਦ ਨੇ ਇਹਨਾਂ ਦੇ ਨਾਲ ਆਹ ਜਿਹੜੇ ਪੀਲੇ ਅੱਖਰ ਕਰੇ ਹੋਏ ਨੇ ਸਾਰੇ ਨਾਮ ਸ਼ਬਦ ਲੱਗੇ ਹੋਏ ਨੇ ਨਾਉਨ ਨੇ ਇਹ ਠੀਕ ਹੈ ਵਿਸ਼ੇਸ਼ਣ ਨਾਮ ਦੀ ਵਿਸ਼ੇਸ਼ਤਾ ਦੱਸ ਰਿਹਾ ਜਿਹੜਾ ਮੁੰਡਾ ਕੱਲ ਆਇਆ ਸੀ ਠੀਕ ਹੈ ਨਾ ਤਾਂ ਉਰੇ ਇਸ ਮੁੰਡੇ ਨੂੰ ਸਪੈਸ਼ਲ ਬਣਾਤਾ ਜਿਹੜਾ ਕਹਿ ਕੇ ਠੀਕ ਹੈ ਨਾ ਜਿਹੜਾ ਮੁੰਡਾ ਕੱਲ ਆਇਆ ਸੀ ਉਸਨੇ ਪ੍ਰੀਖਿਆ ਵਿੱਚ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ ਜਿਸ ਬੰਦੇ ਦਾ ਭਰੋਸਾ ਨਾ ਰਹੇ ਹੁਣ ਜਿਹੜੇ ਇਹ ਬੰਦੇ ਨੂੰ ਕਿਹਾ ਹੈ ਵੀ ਜਿਹੜੇ ਬੰਦੇ ਦਾ ਭਰੋਸਾ ਨਾ ਰਹੇ ਜਿਸ ਜਿਸ ਕੀ ਹੈ ਪੜਨਾਮ ਹੈ ਪਰ ਇਹ ਵਿਸ਼ੇਸ਼ਣ ਦਾ ਕੰਮ ਕਰਦਾ ਇਹਨੂੰ ਵਿਸ਼ੇਸ਼ਤਾ ਪ੍ਰੋਵਾਈਡ ਕਰਾਤੀ ਭਈ ਤੇਰਾ ਭਰੋਸਾ ਨਹੀਂ ਰਿਹਾ ਉਸ ਨਾਲ ਕੋਈ ਵਰਤ ਵਿਵਹਾਰ ਨਹੀਂ ਕਰਨਾ ਚਾਹੀਦਾ ਠੀਕ ਹੈ ਮੇਰੀ ਕਿਤਾਬ ਮੇਰੇ ਕੋਲ ਹੈ ਤਾਂ ਉਹ ਕਿਤਾਬ ਜਿਹੜੀ ਹੈਗੀ ਹੈ ਉਹਦੇ ਲਈ ਵਿਸ਼ੇਸ਼ਤਾ ਪ੍ਰੋਵਾਈਡ ਕਰਾਤੀ ਮੇਰੀ ਕਿਤਾਬ ਕਿਹਦੀ ਹੈ ਮੇਰੀ ਹੈ ਮੇਰੇ ਕੋਲ ਹੈ ਤੇਰੀ ਕਿਤਾਬ ਤੇਰੇ ਕੋਲ ਹੈ ਉਰੇ ਤੇਰੇ ਸ਼ਬਦ ਨੇ ਕਿਤਾਬ ਨੂੰ ਨਾਉਨ ਨੂੰ ਵਿਸ਼ੇਸ਼ਤਾ ਪ੍ਰੋਵਾਈਡ ਕਰਾਤੀ ਤੁਹਾਡੇ ਕੱਪੜੇ ਚੰਗੇ ਸੰਤ ਹੋਏ ਨੇ ਤਾਂ ਇਹ ਨਾਉਨ ਨੇ ਇਹਨਾਂ ਲਈ ਵਰਤੇ ਗਏ ਨੇ ਇਹ ਸਾਰੇ ਪੜਨਾਮ ਠੀਕ ਹੈ ਦੋਸਤੋ ਤੇ ਇਹ ਵਿਸ਼ੇਸ਼ਣ ਦਾ ਵੀ ਕੰਮ ਕਰ ਰਹੇ ਨੇ ਉਮੀਦ ਹੈ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੋਊਗੀ ਜੇ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹਿਆ ਕਰੋ ਹੁਣ ਆਪਾਂ ਅੱਗੇ ਕੁਝ ਐਮਸੀਕਿਊਜ਼ ਕਰਦੇ ਆਂ ਦੋਸਤੋ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔਗਣ ਗਿਣਤੀ ਮਿੰਤੀ ਦੱਸਣ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਵਿਸ਼ੇਸ਼ਣ ਕੀ ਆ ਪਹਿਲੀ ਲਾਈਨ ਕਾਲਾ ਚੰਗਾ ਚਾਰ ਪੀੜਾ ਇਹ ਸਾਰੇ ਸ਼ਬਦ ਕੀ ਨੇ ਵਿਸ਼ੇਸ਼ਣ ਨੇ ਉੱਤੇ ਉਲਝਣਾ ਜਾਇਓ ਪੇਪਰ ਦੇ ਵਿੱਚ ਸਹੀ ਲਾ ਕੇ ਆਇਓ ਠੀਕ ਹੈ ਦੋਸਤੋ ਅੱਗੇ ਚੱਲਦੇ ਆਂ ਉਸ ਦੀ ਪੱਗ ਦਾ ਰੰਗ ਲਾਲ ਹੈ ਵਿਸ਼ੇਸ਼ਣ ਸ਼ਬਦ ਕੀ ਆ ਦੋਸਤੋ ਇਹਦੇ ਵਿੱਚ ਰੰਗ ਲਾਲ ਠੀਕ ਹੈ ਨਾ ਲਾਲ ਸ਼ਬਦ ਉਸ ਤੋਂ ਬਾਅਦ ਅੱਗੇ ਚੱਲਦੇ ਆਂ ਦੋਸਤੋ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਪੰਜ ਤਰ੍ਹਾਂ ਦੇ ਕਿ ਕਿੰਨੀ ਟਾਈਪ ਦੇ ਨੇ ਇਹ ਪੰਜ ਤਰ੍ਹਾਂ ਦੇ ਨੇ ਇਹ ਤੁਸੀਂ ਨੇ ਧਿਆਨ ਚ ਰੱਖਣੀ ਹੈ ਗੱਲ ਵਿਸ਼ੇਸ਼ਣ ਦੀ ਟਾਈਪਸ ਜਿਹੜੀ ਹੈਗੀ ਪੰਜ ਤਰ੍ਹਾਂ ਦੇ ਨੇ ਅੱਗੇ ਚੱਲਦੇ ਹਾਂ ਦੋਸਤੋ ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਠੀਕ ਹੈ ਵਸਤੂ ਦੇ ਗੁਣ ਔਗਣ ਪ੍ਰਗਟ ਕਰਕੇ ਉਹਨੂੰ ਆਮ ਤੋਂ ਖਾਸ ਬਣਾਉਣ ਠੀਕ ਹੈ ਉਹਨੂੰ ਕਿਹੜੇ ਵਿਸ਼ੇਸ਼ਣ ਕਿਹਾ ਜਾਂਦਾ ਉਹਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਠੀਕ ਹੈ ਦੋਸਤੋ ਇੱਦ ਤੱਕ ਕੋਈ ਡਾਊਟ ਕੋਈ ਡਾਊਟ ਨਹੀਂ ਅੱਗੇ ਚੱਲਦੇ ਆ ਸੌਰੀ ਦੋਸਤੋ ਥੋੜਾ ਟੈਕਨੀਕਲ ਇਸ਼ੂ ਆ ਜਾਂਦਾ ਸਹਿਯੋਗ ਦਿਆ ਕਰੋ ਫੇਰ ਆ ਗਿਆ ਗੁਣਵਾਚਕ ਵਿਸ਼ੇਸ਼ਣ ਚੁਣੋ ਠੀਕ ਹੈ ਗੁਣ ਜਿਹੜਾ ਕੋਈ ਵੀ ਚੀਜ਼ ਦਾ ਗੁਣ ਗੁਣ ਦੱਸੇ ਤਾਂ ਇੱਥੇ ਕੀ ਹੈ ਸੁੰਦਰ ਪਤਲਾ ਮਿੱਠਾ ਇਹ ਗੁਣ ਗੁਣ ਨੇ ਠੀਕ ਹੈ ਪੈਨ ਤੇ ਕਾਪੀ ਇਹ ਨਾਮ ਆਗੇ ਕੁਰਸੀ ਮੇਜ ਇਹ ਵੀ ਨਾਮ ਆਗੇ ਠੀਕ ਹੈ ਤਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦਾ ਕੋਈ ਆਪਸ਼ਨ ਹੈ ਹੀ ਨਹੀਂ ਠੀਕ ਹੈ ਤਾਂ ਇਹਨਾਂ ਚੋਂ ਕਿਹੜਾ ਆਵੇਗਾ ਗੁਣਵਾਚਕ ਵਿਸ਼ੇਸ਼ਣ ਆਪਾਂ ਕਹਾਂਗੇ ਸੁੰਦਰ ਪਤਲਾ ਤੇ ਮਿੱਠਾ ਠੀਕ ਹੈ ਦੋਸਤੋ ਅੱਗੇ ਵਧਦੇ ਹਾਂ ਗੁਣਵਾਚਕ ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਹੁਣ ਗੁਣਵਾਚਕ ਵੀ ਆਪਾਂ ਨੇ ਪੜ੍ਹੇ ਨੇ ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ ਦੋਸਤੋ ਠੀਕ ਹੈ ਉਹਦਾ ਨਾਮ ਜਾਂ ਪਰਨਾਮ ਦੀ ਗਿਣਤੀ ਦੱਸਣ ਵਾਲੇ ਇਹ ਵਿਸ਼ੇਸ਼ਣ ਹੁੰਦੇ ਹਨ ਗਿਣਤੀ ਦੱਸਣ ਵਾਲੇ ਕਿਹੜੇ ਹੋਣਗੇ ਸੰਖਿਆਵਾਚਕ ਹੀ ਹੋਣਗੇ ਦੋਸਤੋ ਠੀਕ ਹੈ ਸੰਖਿਆਵਾਚਕ ਹੋਣਗੇ ਸੰਖਿਆਵਾਚਕ ਜਾਂ ਗਿਣਤੀਵਾਚਕ ਇਹਨੂੰ ਆਪਾਂ ਕੀ ਕਹਾਂਗੇ ਸੰਖਿਆਵਾਚਕ ਜਾਂ ਗਿਣਤੀਵਾਚਕ ਠੀਕ ਹੈ ਦੋਸਤੋ ਇਹ ਧਿਆਨ ਰੱਖਿਓ ਉਸ ਤੋਂ ਬਾਅਦ ਅੱਗੇ ਵਧਦੇ ਹਾਂ ਸੰਖਿਆ ਇਹ ਸੰਖਿਆਵਾਚਕ ਵਿਸ਼ੇਸ਼ਣ ਚੁਣੋ ਠੀਕ ਹੈ ਤਾਂ 100 ਦੁੱਗਣਾ ਇਹ ਸਾਰੇ ਕੀ ਨੇ ਆਪਣੇ ਸੰਖਿਆਵਾਚਕ ਵਿਸ਼ੇਸ਼ਣ ਠੀਕ ਹੈ ਦੋਸਤੋ ਇਹ ਯਾਦ ਰੱਖਣਾ ਹੈ ਇਹ ਮੇਰੇ ਬਹੁਤ ਸਾਰੇ ਸ਼ਬਦ ਹੈ ਇਹ ਵੀ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਹੈ ਪਰ ਉੱਤੇ ਗੱਲ ਇਹ ਦੇਖਣੀ ਵੀ ਪਰਨਾਮ ਪਰਿਮਾਨਵਾਚਕ ਦੀ ਗੱਲ ਤਾਂ ਨਹੀਂ ਹੋ ਰਹੀ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਹੈ ਤੇ ਅੱਗੇ ਵਧਦੇ ਹਾਂ ਨਾਮ ਜਾਂ ਪਰਨਾਮ ਦੀ ਗਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣ ਨੂੰ ਕੀ ਕਿਹਾ ਜਾਂਦਾ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਠੀਕ ਹੈ ਜਿਹੜੀ ਉਹਦੀ ਗਿਣਤੀ ਦੱਸਣ ਤਾਂ ਉਹਨੂੰ ਕੀ ਕਿਹਾ ਜਾਂਦਾ ਸੰਖਿਆਵਾਚਕ ਠੀਕ ਹੈ ਜੇ ਮੰਨ ਲਓ ਉਹਦਾ ਤੋਲ ਦੱਸਣ ਸੌਰੀ ਉਹਰੇ ਤੋਲ ਦੀ ਗੱਲ ਕਰੀਏ ਤੋਲ ਕੌਣ ਦੱਸੂਗਾ ਪ੍ਰਮਾਣਵਾਚਕ ਵਿਸ਼ੇਸ਼ਣ ਠੀਕ ਹੈ ਗਿਣਤੀ ਕੌਣ ਦੱਸੂਗਾ ਸੰਖਿਆਵਾਚਕ ਵਿਸ਼ੇਸ਼ਣ ਪ੍ਰਮਾਣਵਾਚਕ ਵਿਸ਼ੇਸ਼ਣ ਆਪਣੇ ਅਗਲੇ ਉਹਦੇ 'ਚ ਚੁਣਨਾ ਹੈਗਾ ਤਾਂ ਉਹ ਦੇਖਦੇ ਆ ਅ 5 ਮੀਟਰ ਠੀਕ ਹੈ ਇਹਦੇ 'ਚ ਪ੍ਰਮਾਣਵਾਚਕ ਕੀ ਹੋ ਗਿਆ 5 ਮੀਟਰ ਨਾਮਾ ਪੜਨਾਮਾ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ ਵਾਲੇ ਵਿਸ਼ੇਸ਼ਣ ਨੂੰ ਕੀ ਕਹਿੰਜਾਂਦਾ ਨਿਸ਼ਚੇਵਾਚਕ ਠੀਕ ਹੈ ਤਾਂ ਉਹ ਕਿਹੜੇ ਵਿਸ਼ੇਸ਼ਣ ਹੋਣਗੇ ਨਿਸ਼ਚੇਵਾਚਕ ਠੀਕ ਹੈ ਤਾਂ ਇਹ ਕਿਹੜੇ ਹੋਣਗੇ ਨਿਸ਼ਚੇਵਾਚਕ ਉਦੋਂ ਆ ਨਿਸ਼ਚੇਵਾਚਕ ਪੜਨਾਮ ਚੁਣੋ ਜਿਵੇਂ ਆਪਾਂ ਕਹਾਂਗੇ ਇਹ ਉਹ ਦੂਰ ਜਾਂ ਨੇੜੇ ਦੀ ਚੀਜ਼ ਵੱਲ ਇਸ਼ਾਰਾ ਕਰਨਗੇ ਠੀਕ ਹੈ ਦੋਸਤੋ ਤੇ ਅੱਗੇ ਵਧਦੇ ਹਾਂ ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਮਾਂ ਨੂੰ ਕੀ ਕਿਹਾ ਜਾਂਦਾ ਪੜਨਾਵੀ ਵਿਸ਼ੇਸ਼ਣ ਠੀਕ ਹੈ ਪੜਨਾਵੀ ਵਿਸ਼ੇਸ਼ਣ ਚੁਣੋ ਇਹੀ ਨੇ ਕੀ ਕੌਣ ਕਿਹੜੀ ਠੀਕ ਹੈ ਸਾਰੇ ਕੀ ਨੇ ਆਪਣੇ ਪੜਨਾਵੀ ਵਿਸ਼ੇਸ਼ਣ ਨੇ ਠੀਕ ਹੈ ਦੋਸਤੋ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ ਇਹ ਫੁੱਲ ਬਹੁਤ ਸੋਹਣਾ ਹੈ ਬਾਗ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਗੁਣਵਾਚਕ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਸੋਹਣਾ ਸ਼ਬਦ ਕੀ ਹੈ ਗੁਣਵਾਚਕ ਵਿਸ਼ੇਸ਼ਣ ਹੈ ਠੀਕ ਹੈ ਇੱਥੇ ਬਹੁਤ ਨੂੰ ਉਲਝਾਉਣਾ ਨਹੀਂ ਹੈਗਾ ਕਿ ਆਪਾਂ ਲਿਖਿਆਈਏ ਇਹਨੂੰ ਅਨਿਸ਼ਚਿਤ ਸੰਖਿਆਵਾਚਕ ਲਿਖ ਦਈਏ ਜਾਂ ਪ੍ਰਮਾਨਵਾਚਕ ਲਿਖ ਦਈਏ ਤਾਂ ਉਹਨਾਂ ਚੱਕਰਾਂ 'ਚ ਨਹੀਂ ਪੈਣਾ ਠੀਕ ਹੈ ਦੋਸਤੋ ਮੇਰਾ ਭਰਾ ਤੇਰੇ ਨਾਲੋਂ ਹੁਸ਼ਿਆਰ ਹੈ ਤਾਂ ਇੱਥੇ ਅਧਿਕਤਰ ਅਵਸਥਾ ਦੋ ਜਣਿਆਂ 'ਚ ਕੰਪੇਅਰ ਹੋਇਆ ਹੈ ਤੇ ਇਹ ਕੰਪੈਰੀਟਿਵ ਡਿਗਰੀ ਹੈ ਠੀਕ ਹੈ ਕੰਪੈਰੀਟਿਵ ਸਧਾਰਨ ਕਿਹੜੀ ਹੋਗੀ ਪੋਜੀਟਿਵ ਹੋਗੀ ਅਧਿਕਤਮ ਕਿਹੜੀ ਹੋਗੀ ਸੁਪਰਲੇਟਿਵ ਠੀਕ ਹੈ ਯਾਦ ਰੱਖਣਾ ਇਹ ਸਾਰਾ ਯਾਦ ਰੱਖਣਾ ਦੋਸਤੋ ਠੀਕ ਹੈ ਅੱਗੇ ਚੱਲਦੇ ਹਾਂ ਸਾਡਾ ਘਰ ਸਭ ਨਾਲੋਂ ਉੱਚਾ ਹੈ ਤਾਂ ਇੱਥੇ ਕੀ ਹੋ ਗਿਆ ਅਧਿਕਤਮ ਸਾਰਿਆਂ ਨਾਲ ਹੀ ਕੰਪੇਅਰ ਕਰਤਾ ਅਧਿਕਤਮ ਜਿਹੜੀ ਇਸਤਰੀ ਕੱਲ ਤੁਹਾਡੇ ਘਰ ਆਈ ਸੀ ਕੀ ਉਹ ਤੁਹਾਡੀ ਮਾਸੀ ਸੀ ਤਾਂ ਉਹ ਜਿਹੜੀ ਸ਼ਬਦ ਕੀ ਹੈ ਪੜਨਾਮ ਹੈ ਇਹ ਇਸਤਰੀ ਨਾਉਨ ਲੱਗਿਆ ਹੋਇਆ ਤਾਂ ਆਪਾਂ ਨੂੰ ਪਤਾ ਲੱਗ ਗਿਆ ਇਹ ਪੜਨਾਵੀ ਵਿਸ਼ੇਸ਼ਣ ਹੈ ਠੀਕ ਹੈ ਦੋਸਤੋ ਅੱਗੇ ਚੱਲਦੇ ਹਾਂ ਹੁਣ ਕੱਲ ਦੋ ਮੁੰਡੇ 2:30 ਵਜੇ ਸਾਡੇ ਘਰ ਆਏ ਸਨ ਠੀਕ ਹੈ ਤਾਂ ਦੋ ਮੁੰਡੇ ਜਿਹੜਾ ਸ਼ਬਦ ਹੈ ਸੰਖਿਆਵਾਚਕ ਹੈ ਠੀਕ ਹੈ ਦੋ ਮੁੰਡੇ 2:30 ਇਹ ਟਾਈਮ ਦੱਸਿਆ ਹੋਇਆ ਹੈ ਇਹ ਅਲੱਗ ਗੱਲ ਹੈ ਇਹ ਦੋ ਨੂੰ ਦੋ ਤੋਂ ਹੀ ਪਤਾ ਲੱਗੇਗਾ ਇਸ 'ਚ ਦੋ ਵਿਸ਼ੇਸ਼ਣ ਵਰਤੇ ਗਏ ਸੰਖਿਆਵਾਚਕ ਉਹ ਤੈਮ ਐਵੇਂ ਅਲਝਾਉਣ ਵਾਸਤੇ ਦਿੱਤਾ ਹੋਇਆ ਸੀ ਤੇਜ ਤਕੜਾ ਬਹਾਦਰ ਸ਼ਬਦ ਵਿਆਕਰ ਅਨੁਸਾਰ ਕੀ ਨੇ ਵਿਆਕਰਨ ਦੇ ਅਨੁਸਾਰ ਇਹ ਵਿਸ਼ੇਸ਼ਣ ਸ਼ਬਦ ਨੇ ਠੀਕ ਆ ਦੋਸਤੋ ਅੱਗੇ ਵਧਦੇ ਹਾਂ ਮੇਰੇ ਪਰਸ ਵਿੱਚ 150 ਰੁਪਏ ਹਨ ਤਾਂ ਇਹ ਸੰਖਿਆਵਾਚਕ ਵਿਸ਼ੇਸ਼ਣ ਹੈ ਕਿਹੜਾ ਵਿਸ਼ੇਸ਼ਣ ਹੈ ਇਹ ਸੰਖਿਆਵਾਚਕ ਠੀਕ ਹੈ ਇਹਨੂੰ ਕੀ ਕਹਾਂਗੇ ਆਪਾਂ ਸੰਖਿਆਵਾਚਕ ਠੀਕ ਹੈ ਧਿਆਨ ਦੇਣਾ ਗੱਲ ਤੇ ਦਾ ਇਹ ਸੰਖਿਆਵਾਚਕ ਵਿਸ਼ੇਸ਼ਣ ਹੈ ਉਸ ਤੋਂ ਬਾਅਦ ਅੱਗੇ ਵਧਦੇ ਮੇਰੇ ਕੋਲ 10 ਰੁਪਏ ਹਨ ਇਹ 10 ਰੁਪਏ ਵੀ ਕੀ ਹੈ ਸੰਖਿਆਵਾਚਕ ਵਿਸ਼ੇਸ਼ਣੀ ਹੈ ਠੀਕ ਹੈ ਦੋਸਤੋ ਸੰਖਿਆਵਾਚਕ ਵਿਸ਼ੇਸ਼ਣ ਹੈ ਮੈਨੂੰ ਥੋੜਾ ਜਿਹਾ ਪਾਣੀ ਚਾਹੀਦਾ ਹੁਣ ਇੱਥੇ ਥੋੜਾ ਜਿਹਾ ਕਾਦੀ ਗੱਲ ਕਰੀ ਹੈ ਪਾਣੀ ਦੀ ਪਾਣੀ ਕੀ ਹੈ ਮਿਲਣ ਵਾਲੀ ਚੀਜ਼ ਹੈ ਤਾਂ ਥੋੜਾ ਜਿਹਾ ਕੀ ਹੋ ਗਿਆ ਆਪਣੇ ਕੋਲ ਪਰਮਾਨਵਾਚਕ ਠੀਕ ਹੈ ਇਹ ਕੀ ਹੈ ਪਰਮਾਨਵਾਚਕ ਉਨ ਜਿੱਥੇ ਤਾਂ ਥੋੜੇ ਜਿਹੇ ਬੱਚੇ ਖੇਡ ਰਹੇ ਹਨ ਤਾਂ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਉਹ ਲੜਕਾ ਚੋਰ ਹੈ ਠੀਕ ਹੈ ਉਹ ਇਸ਼ਾਰਾ ਕਰ ਰਿਹਾ ਦੂਰ ਦੀ ਚੀਜ਼ ਵੱਲ ਤਾਂ ਇਹ ਕੀ ਹੋ ਗਿਆ ਆਪਣਾ ਨਿਸ਼ਚੇਵਾਚਕ ਵਿਸ਼ੇਸ਼ਣ ਕਿਹੜਾ ਵਿਸ਼ੇਸ਼ਣ ਹੋ ਗਿਆ ਨਿਸ਼ਚੇਵਾਚਕ ਠੀਕ ਹੈ ਦੋਸਤੋ ਨਿਸ਼ਚੇਵਾਚਕ ਕਿਹੜੀ ਕੁਰਸੀ ਟੁੱਟੀ ਹੈ ਤਾਂ ਕਿਹੜੀ ਪੜਨਾਮ ਪੜਨਾਮੀ ਵਿਸ਼ੇਸ਼ਣ ਆ ਗਿਆ ਠੀਕ ਹੈ ਦੋਸਤੋ ਕਿਹੜਾ ਆ ਗਿਆ ਪੜਨਾਮੀ ਵਿਸ਼ੇਸ਼ਣ ਇੱਥੇ ਕੁਰਸੀ ਆਪਣੇ ਕੋਲ ਨਾਮ ਆ ਗਿਆ ਉਹਦੇ ਲਈ ਪੜਨਾਮ ਵਰਤੇਗਾ ਕਿਹੜੀ ਕਾਲਾ ਘੋੜਾ ਤੇਜ਼ ਦੌੜਦਾ ਹੈ ਹੁਣ ਕਾਲਾ ਇਹ ਗੁਣਵਾਚਕ ਵਿਸ਼ੇਸ਼ਣ ਹੈ ਘੋੜੇ ਦੀ ਸਿਫਤ ਕਰ ਰਿਹਾ ਉਹਦੀ ਰੰਗ ਦੱਸ ਕੇ ਠੀਕ ਹੈ ਦੋਸਤੋ ਏਸੀ ਆਪਣਾ ਵਿਸ਼ੇਸ਼ਣ ਉਹਦੀਆਂ ਕਿਸਮਾਂ ਤੇ ਕੁਝ ਐਮਸੀਕਿਊਜ਼ ਠੀਕ ਹੈ ਜੁੜੇ ਰਹੋ ਹੋਰ ਵੀਡੀਓਜ਼ ਦੇਖਣ ਲਈ ਵੀ ਸਾਡੇ ਚੈਨਲ ਤੇ ਤੇ ਵੀਡੀਓ ਚੰਗੀ ਲੱਗੀ ਹੋਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਕਲੀ ਸਸਰੀ ਕਾ थैंक यू दोस्तों